ਹੈ ਜਨਾਬ ਖਾਡੀ ਕੋਲ ਜਾ ਰਹੇ ਹਾਂ ਅਤੇ ਜਾਣਾ ਅਸਾਂ ਕੁੰਨੀ ਸਾਈਡ ਹੀ ਹੈ। ਇੰਝ ਤਾਂ ਤੁਸਾਂ ਸਾਰਿਆਂ ਵਾਸਤੇ ਇੱਕ ਪਬਲਿਕ ਮੈਸੇਜ ਹੈ ਅਤੇ ਇੰਝ ਤਾਂ ਬਚ ਜਾਣਾ ਲੁਹਾਰਾ ਅਤੇ ਮੈਂ ਤੁਸਾਂ ਕਿ ਇਸਨੇ ਢਾਲ ਲੈਣਾ ਤਰੀਕਾ ਦੱਸਣਾ ਬਾਕੀ ਥੱਕ ਪੋ ਗਏ ਦਾ ਗਰਮੀ ਉੱਧਰ ਭਾਈ ਲੰਬ ਕੱਢਣੀਆਂ ਪਈ ਟੁੱਕਣ ਹਵਾ ਵੀ ਹੈ ਲੇਕਿਨ ਜੇ ਗਰਮੀ ਆ ਨਾ ਉਹ ਥੱਲੇ ਨਹੀਂ ਹੈ। ਆਊਜ਼ੁ ਬਿੱਲਾਹਿ ਮਿਨਸ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ। ਅਲਹਮਦੁਲਿਲਾ ਜੀ ਮੈਂ ਬਿਲਕੁਲ ਠੀਕ ਹਾਂ, ਉਮੀਦ ਹੈ ਤੁਸਾਂ ਦੋਸਤ ਯਾਰ ਭੈਣ ਭਰਾ ਸਾਹਿਬ ਠੀਕ ਹੋ ਸੋ। ਅੱਲਾਹ ਬਾਗ ਨੇ ਫਜ਼ਲ ਕਰਮ ਨਾਲ ਅੱਜ ਨਾ ਨਿਊ ਤਾਂ ਇੰਟਰਸਟਿੰਗ ਜਿਹਾ ਵਲਾਗ ਆ ਜਾਂ ਕਰਨੀਆਂ ਸ਼ੁਰੂ ਅਤੇ ਅੱਜ ਜਨਾਬ ਅਸਾਂ ਜਾ ਰਹੇ ਹਾਂ ਮੀਰਪੁਰ ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਅਸਾਂ ਜਾ ਰਹੇ ਹਾਂ ਅਤੇ ਯਕੀਨਨ ਦੱਸਿਆ ਨਾਲ ਕੋਈ ਨਵਾਂ ਬੰਦਾ ਹੀ ਹੋ ਸੀ ਅਤੇ ਅੱਜ ਜਨਾਬ ਬੱਸਾਂ ਨਾਲ ਮੌਜੂਦ ਹਨ ਸੁਲਤਾਨ ਅਸ਼ਰਫ ਭਾਈ। ਸਲਾਮ ਅਲੈਕੁਮ ਭਾਈ, ਕੀ ਹਾਲ ਹੈ? ਵਾਲੇਕੁਮ ਸਲਾਮ, ਕੀ ਹਾਲ ਹੈ ਇਬਰਾਰ ਭਾਈ? ਠੀਕ ਹੋ? ਸ਼ੁਕਰ ਅੱਲਾਹ, ਤੁਸੀਂ ਸੁਣਾਓ? ਜੀ ਅਲਹਮਦੁਲਿਲਾ, ਠੀਕ ਹੈ ਨਾ? ਬਹੁਤ ਬਹੁਤ ਸ਼ੁਕਰ ਹੈ। ਤਾਂ ਕਿਆ ਕੋਈ ਪ੍ਰੋਗਰਾਮ ਹੈ? ਪ੍ਰੋਗਰਾਮ ਸਰ ਤੁਸੀਂ ਹੀ ਫੋਨ ਕਰਿਆ ਬੁਲਾਇਆ ਜਾ ਰਹੇ ਹਾਂ ਪ੍ਰੋਗਰਾਮ ਜਨਾਬ ਅਸੀਂ ਬਣਾਇਆ ਸੀ ਕਿ ਜਾਣਾ ਅੱਜ ਮੀਰਪੁਰ ਥੋੜ੍ਹਾ ਫਿਰਨਾ ਟੁਰਨਾ ਅਤੇ ਕੋਈ ਤੁਸੀਂ ਨਵੀਂ ਚੀਜ਼ ਦੱਸਾਂਗੇ ਤਾਂ ਇਨਸ਼ਾਅੱਲਾ ਹੁਣ ਜੁੜਨੇ ਆ ਉਹਦਾ ਮੀਰਪੁਰ ਅਤੇ ਬਾਕੀ ਜਿਹੜੀ ਕੋਈ ਅਪਡੇਟ ਹੈ ਉਹ ਇਸ ਵਲਾਗ ਹੀ ਦੱਸਾਂ। ਵੀਡੀਓ ਕੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰੇ ਅਤੇ ਹਲਕਾ ਜਿਹਾ ਹਲਕਾ ਚੈਨਲ ਕੀ ਸਬਸਕ੍ਰਾਈਬ ਵੀ ਕਰ ਛੱਡੋ। ਸਟਿੰਗਾਂ ਨੇ ਰੋਲੇ ਆ ਗਏ ਭਾਈ, ਸਟਿੰਗਾਂ ਦੱਸੀਆਂ ਨੇ, ਗਰਮੀ ਆ ਗਈ ਤਾਂ ਸਟਿੰਗਾਂ ਆ ਗਈਆਂ। ਹਾਂਜੀ ਜਨਾਬ, ਸਟੇਡੀਅਮ ਵਿੱਚ ਪੁੱਜਿਆ ਆ ਤਾਂ ਇੱਥੇ ਬੈਠੇ ਆ ਸਾਂ, ਮੈਂ ਥੋੜ੍ਹਾ ਸਾਹ ਸ਼ਾਹ ਲਵੀਏ ਤਾਂ ਭਾਈ ਰੰਗ ਜਾ ਕੇ ਸਾਹ ਸ਼ਾਹ ਲਵੋ, ਕਿਆ ਖਿਆਲ ਹੈ? ਥੱਕ ਪੋ ਗਏ ਦਾ ਗਰਮੀ ਉੱਧਰ ਭਾਈ ਲੰਬ ਕੱਢਣੀਆਂ ਪਈ ਟੁੱਕਣ ਹਵਾ ਵੀ ਹੈ ਲੇਕਿਨ ਜੇ ਗਰਮੀ ਆ ਨਾ ਉਹ ਥੱਲੇ ਨਹੀਂ ਹੈ ਅਤੇ ਹੁਣ ਅੱਗੇ ਟੁੱਕੋ ਸਾਨੀ ਕੁੱਥੇ ਜਾ ਕੇ ਗਰਮੀ ਬ੍ਰੇਕ ਲੱਗਣੀ ਹੈ ਤਾਂ ਫਿਰ ਤੁਸਾਂ ਵੀ ਦੱਸਣੇ ਆ। ਅੱਕੋ ਅੱਜ ਨਾ ਸਕੂਲਾਂ ਕਾਲਜਾਂ ਛੁੱਟੀ ਹੈ ਨਾ ਤਾਂ ਇਸ ਵਜ੍ਹਾ ਤੋਂ ਅੱਜ ਰਸ਼ ਹੋਈ ਪਏ। ਸੁਲਤਾਨ ਭਾਈ ਅਮਨ ਸਕੂਲ ਹੈ, ਅਮਨ ਸਕੂਲ ਹੈ, ਅਮਨ ਸਕੂਲ ਹੈ, ਵੈਸੇ ਤਾਂ ਤੂੰ ਪਤੇ ਲੰਘੜੇ ਨਹੀਂ ਜਗ੍ਹਾ ਨਹੀਂ ਹੋਣੀ ਸ਼ੌਕ ਸ਼ੈਤਾਨ। ਅੱਕੋ ਜੀ ਮੀਰਪੁਰ ਦੀਆਂ ਰੌਣਕਾਂ ਸ਼ੁਰੂ ਹੋਈਆਂ ਨੇ, ਮੱਛਰਦਾਨੀਆਂ ਹੀ ਮੱਛਰਦਾਨੀਆਂ, ਲਵੋ ਤਾਂ ਸਹਿ ਲਵੋ ਗਰਮੀਆਂ ਨੇ ਫਿਰ। ਅੱਜ ਯੂਨੀਵਰਸਿਟੀ ਵੀ ਬੰਦ ਪਈ ਹੈ, ਯੂਨੀਵਰਸਿਟੀ ਆ ਜਾਵੇ ਸਕੂਲ ਹੋਵੇਗਾ ਫਿਰ। ਹਾਂਜੀ ਜਨਾਬ, ਮੀਰਪੁਰ ਜਨਾਬ ਆਪਣਾ ਜਿਹੜਾ ਕੰਮ ਸੀ ਉਹ ਭੁਗਤਾਇਆ ਹੈ, ਹੁਣ ਜਨਾਬ ਹੋ ਰਹੀ ਹੈ ਨਾਲੋ ਨਾਲ ਅਸਾਨੀ ਵਾਪਸੀ ਤਾਂ ਮੈਂ ਨਾਲੋ ਨਾਲ ਆਇਓ ਜਣਿਆ। ਹੁਣ ਜਨਾਬ ਮੈਂ ਨਾਲੋ ਨਾਲ ਤੁਸਾਂ ਵੀ ਦੱਸੀਏ ਕਿ ਕੋਈ ਸ਼ੋਲ ਮੇਲਾ ਤਾਂ ਤੱਕੋ ਨਾ ਰਸ਼ ਸ਼ੁਰੂ ਹੋ ਗਿਆ, ਜਿਹਦੇ ਲਾਏ ਉਸ ਵੇਲੇ ਘੱਟ ਸੀ ਅਤੇ ਸ਼ਹਿਰੀ ਵਾਮ ਤੁਸੀਂ ਪਤਾ ਤਾਂ ਸੁੱਕੀ ਹੋਣੀ ਹੈ, ਹੁਣ ਰਸ਼ ਪੈ ਗਿਆ। ਆਈ ਹੈ ਜੀ ਬੱਸ, ਆ ਤੱਕੋ ਨਾ ਲਾਰੀ ਆਈਏ KZP। ਹੁਣ ਜਨਾਬ ਅਸਾਂ ਜਾ ਰਹੇ ਹਾਂ ਖੜੀ ਸ਼ਰੀਫ ਦਰਬਾਰ ਵਿਦ ਸੁਲਤਾਨ ਅਸ਼ਰਫ ਭਾਈ, ਉਹਨਾਂ ਨਾਲ ਜਾ ਰਹੇ ਹਾਂ ਅਤੇ ਹਾਜ਼ਰੀ ਦੇਣੇ ਆ ਅਤੇ ਤੁਸਾਂ ਵੀ ਜ਼ਿਆਦਤ ਕਰਾਉਣੇ ਆ, ਇਹ ਹਾਲ ਹੋਈ ਬਾਕੀ ਹੈ।
ਹਾਂਜੀ ਜਨਾਬ, ਖੜੀ ਜਿਹੜੀ ਉੱਧਰ ਬਾਹਰ ਪੁੱਜਾ ਆ ਤੇ ਮਾਸ਼ਾਅੱਲਾ ਤੱਕੋ ਨਾ ਨਜ਼ਾਰੇ, ਧੁੱਪ ਚੜ੍ਹੀ ਹੈ ਤੇ ਥੱਲੇ ਜਨਾਬ ਦਰੀਆਂ ਨੇ, ਦਰੀਆਂ ਦੀ ਵਜ੍ਹਾ ਤੋਂ ਜਨਾਬ ਵਿੱਚ ਲੰਘਣ ਵਾਲਾ ਨਹੀਂ ਤਾਂ ਔਖੀ ਗੱਲ ਆ। ਵੈਸੇ ਛਾਵਾਂ ਵਾਲੀ ਜਿਹੜੀ ਹੈ ਨਾ ਰਸਤੇ ਵਾਸਤੇ ਛਾਵਾਂ ਦੂਸਰੀ ਸਾਈਡ ਬਣਾਈ ਨੇ ਤੇ ਇਸ ਸਾਈਡ ਕੋਈ ਨਹੀਂ ਤਾਂ ਇਸ ਜਗ੍ਹਾ ਤੇ ਬਾਕੀ ਜਨਾਬ ਸੁਲਤਾਨ ਭਾਈ ਵੀ ਖਲਤੇ ਹਨ ਤਾਂ ਕਿਆ ਹਾਲ ਆ ਸਰ? ਸਹੀ ਪੁੱਜਾ ਜੀ ਉਹਨਾਂ ਵੀਰਪ੍ਰੂ ਹਾਜ਼ਰੀ ਦੇਣੇ ਆ ਤੇ ਫਿਰ ਤੁਸਾਂ ਕੀ ਦੱਸਣੇ ਆ। ਉਸ ਦਾ ਜਨਾਬ ਰਾਤੀ ਤੁਸਾਂ ਕੀ ਦੱਸਿਆ ਸੀ ਨਾ ਕਿ ਦਰਬਾਰ ਨੇ ਮਾਸ਼ਾਅੱਲਾ ਵੀਡੀਓ ਦੱਸੀ ਸੀ ਤਾਂ ਅੱਜ ਦਿਹਾੜੀ ਵੀ ਚੈੱਕ ਕਰ ਲਓ ਕਿਆ ਕੋਈ ਲਾਤ ਮਾਸ਼ਾਅੱਲਾ ਤੱਕੋ ਨਾ। ਉਸ ਤੋਂ ਬਾਅਦ ਜਨਾਬ ਆਹ ਜਿਹੜਾ ਫਾਈਬਰ ਲੱਗਾ ਵਾ ਛਾਂ ਵਾਸਤੇ, ਸੁਲਤਾਨ ਸਾਹਿਬ ਅੱਜ ਤੱਕੋ ਹਾਂ ਕਿਆ ਬਾਣੇ ਹੋਏ ਜਿਹੜੀ ਛਾਂ ਵਾਸਤੇ ਲਾਇਆ ਨੇ, ਪੈਰ ਬਚੇ ਨੇ ਗੋਣੀ? ਹਾਂ ਠੀਕ ਹੋ ਗਿਆ ਪਾਪੇ, ਪੈਰ ਬਚ ਗਏ ਨੇ ਤਾਂ ਬਾਕੀ ਜੇ ਤੂੰ ਪੈਦੂ ਆ ਜਾਣਾ ਉੱਥੇ ਸਹੀ ਸੜੇ ਨੇ। ਹਾਂ ਇਹ ਤੂੰ ਕਿਉਂ ਦੱਸਣੇ ਵੀ ਛਾਂ ਦੱਸੋ ਨੇ, ਛਾਂ ਇਹ ਆ ਛਾਂ ਆ ਗਈ ਹੈ ਜੀ। ਹਾਂ ਹਾਂ ਜਨਾਬ, ਤਾਂ ਅੱਜ ਸਾਡੇ ਵਲਾਗ ਨਾ ਦੂਸਰਾ ਦਿਨ ਹੈ ਕਿਉਂਕਿ ਮੀਰਪੁਰੂ ਵਾਪਸ ਆਇਆ ਤਾਂ ਗਰਮੀ ਬਹੁਤ ਸੀ ਤਾਂ ਨਹੀਂ ਅੱਗੇ ਵਲਾਗ ਜਿਹੜਾ ਨਾ ਬਣਾਉਣ ਹੋਇਆ। ਹੁਣ ਮੈਂ ਤਾਂ ਨਾਲ ਜਿਹੜਾ ਵਾਲੀ ਜਾ ਰਿਹਾ ਕਾਲਜ ਤਾਂ ਮੈਂ ਜਿਹੜਾ ਵਲਾਗ ਕੱਢਾ ਹੋਇਆ ਉਸ ਕੀ ਕੰਟੀਨਿਊ ਕਰੀਏ, ਵਲਾਗ ਕੀ ਮੁਕੰਮਲ ਕਰੀਏ ਤਾਂ ਬਾਕੀ ਆ ਜਿਹੜੀ ਖੱਬੀ ਅੱਖ ਤੱਕੋ ਨਾ ਰੈੱਡ ਹੋਈ ਹੈ, ਅੱਖ ਲਾਲ ਰਹਿੰਦੀ ਉਹ ਹਿਸਾਬ ਹੋਇਆ, ਹੁਣ ਇਹ ਨਹੀਂ ਪਤਾ ਚੱਪ ਹੈ ਜਾਂ ਕਿਹ ਕੋਈ ਸੀਨ ਹੈ। ਚਲੋ ਜਿਹੜਾ ਵੀ ਆ ਅੱਲਾ ਹੈਰ ਕਰਨ ਤਾਂ ਤੱਕੜਿਆ ਕਿਹ ਕੁਝ ਬਣਨਾ। ਗਰਮੀ ਆ ਤਾਂ ਗਰਮੀ ਨਾਲ ਕੀੜੇ ਜਿਹੜੇ ਅੱਖਾਂ 'ਚ ਪੈਣੇ ਨਾ ਅਕਸਰ ਕੋਈ ਅਤੇ ਮੱਛਰ ਵਗੈਰਾ, ਤਾਂ ਸ਼ਾਮੀ ਨਾਲ ਸਫ਼ਰ ਵੀ ਕੀਤਾ ਹਨੇਰੇ ਵੇਲਾ ਉਸ ਵੇਲਾ ਵੀ ਪੇਨ ਤਾਂ ਉਹ ਸਕਣਾ ਉਸ ਵਜ੍ਹਾ ਤੋਂ ਹੈ। ਬਾਕੀ ਜੁਲੇ ਆ ਕਾਲਜ ਕਿਹ ਕੋਈ ਅਪਡੇਟ ਆ ਤੁਸਾਂ ਉਹ ਦੇ ਸਾਂ। ਜਨਾਬ ਮੈਂ ਜਾ ਤਾਂ ਰਿਹਾ ਸਾਂ, ਅਕਸਰ ਅੱਗੇ ਵੀ ਮੈਂ ਵਲਾ ਗਈ ਤੁਸਾਂ ਕੀ ਗੱਲ ਦੱਸੀ ਸੀ ਕਿ ਗਰਮੀਆਂ ਦਾ ਸੀਜ਼ਨ ਹੈ ਤਾਂ ਕੋਈ ਡੰਗਰ ਜਿਹੜੇ ਨਾ ਸਾਰੇ ਤਕਰੀਬਨ ਸੜਕਾਂ ਤੋਂ ਆਉਣੇ ਨੇ ਤਾਂ ਇੱਕ ਤਾਂ ਇਹਨਾਂ ਕੋਲੋਂ ਆਰਾਮ ਨਾਲ ਲੰਘਿਆ ਕਰੋ, ਦੂਸਰਾ ਜਿਸ ਵੇਲੇ ਤੁਸਾਂ ਰਨ ਮਾਰਨਾ ਨਾ ਅੱਧੂ ਇੰਨਾ ਦੌੜਨਾ ਤਾਂ ਕੋਈ ਪਤਾ ਨਹੀਂ ਤੁਸਾਂ ਕੀ ਟੱਕਰ ਮਾਰ ਜਾਣ ਜਾਂ ਤੁਸਾਂ ਨੇ ਅੱਗੇ ਆ ਜਾਣ ਤਾਂ ਨਵਾਂ ਕੰਮ ਹੋਇਆ ਸੀ ਅਹਿਤਿਆਤ ਕਰੇ ਤਾਂ ਬਾਕੀ ਤੱਕੋ ਨਾ ਜੀ ਮਜ਼ਾ ਪੈੜਾ ਭਰਨ ਹੋਇਆ ਤਾਂ ਨਾਲ ਜਿਹੜਾ ਮੱਝਾਂ ਵੀ ਨਾ ਆ ਗਿਆ ਤਾਂ ਨਾਲ ਜਿਹੜੇ ਨਿੱਕੇ ਨਿੱਕੇ ਖੋਲੀਆਂ ਨਾ ਉਹ ਵੀ ਨਾ ਆਣੇ ਤਾਂ ਬਾਕੀ ਇਹ ਲਾਤਵਾ ਕਿਹਾ ਸੀ ਇਹ ਜਿਹੇ ਮੈਂ ਸੁਬਹਾ ਸੁਬਹਾ ਕਿਤਨਾ ਅਰਸਾ ਹੋ ਗਿਆ ਤੁਸਾਂ ਕੀ ਨਜ਼ਾਰੇ ਨਹੀਂ ਕਰਾਏ ਤੇ ਅੱਜ ਮੈਂ ਨਜ਼ਾਰੇ ਕਰਾ ਨਾਲੇ ਤਾਂ ਨਾਲੇ ਤੱਕੋ ਨਾ ਤੁਸਾਂ ਕੀ ਜਿਹੜੀ ਗੱਲ ਦੱਸਣੀ ਸੀ ਕਿ ਇਹਤਿਆਤ ਲਾਜ਼ਮੀ ਕਰਿਆ ਕਰੋ ਕਿ ਅਗਲੇ ਦਿਹਾੜੇ ਮੈਂ ਇੱਕ ਵੀਡੀਓ ਤੱਕਣਾ ਸੀ ਪਿਆ ਉਸ ਵਿੱਚ ਇਹ ਸੀਨ ਹੋਇਆ ਕਿ ਬੰਦੇ ਕੋਲ ਮੱਝ ਲੰਘਣ ਲੱਗੀ ਸੀ ਤਾਂ ਅਰਨ ਮਾਰਿਆ ਤਾਂ ਉਸ ਕਿਸੇ ਦੀ ਟੱਕਰ ਕੱਟ ਮਾਰੀ ਹੈ ਤਾਂ ਉਹ ਵਿਚਾਰਾ ਉੱਥੇ ਫੋਤ ਹੋ ਗਿਆ ਤਾਂ ਇਸ ਤਰ੍ਹਾਂ ਤੁਸਾਂ ਵੀ ਇਹਤਿਆਤ ਕਰਿਆ ਕਰੋ ਤਾਂ ਅਸਾਂ ਵੀ ਪੂਰੀ ਕੋਸ਼ਿਸ਼ ਕਰਨੇ ਹਾਂ ਇਹਤਿਆਤ ਕਰਨੇ ਨੂੰ ਤਾਂ ਹੁਣ ਜਨਾਬ ਕਾਲਜ ਵਾਲੀ ਸਾਈਡ ਹੀ ਫਿਰ ਕਾਲਜ ਵਾਪਸੀ ਤਾਂ ਅਚਾਨਕ ਜਨਾਬ ਬੱਸਾਂ ਕੀ ਜਾਤਲਾ ਕੰਮ ਪੈ ਗਿਆ ਸੀ, ਜਾਤਲਾ ਨੂੰ ਕੰਮ ਭਗਤਾਇਆ ਤਾਂ ਹੁਣ ਜਨਾਬ ਜਾ ਰਿਹਾ ਸਾਂ ਘਰ ਵਾਲੀ ਸਾਈਡ ਨਾਲ। ਸਪੈਸ਼ਲ ਬੰਦਾ ਨਾਲ ਲੈ ਕੇ ਆਏ ਸਾਂ ਤਾਂ ਉਹਨਾਂ ਭਾਈ ਨਾਲ ਕੀ ਸ਼ਰਬਤ ਪਿਲਾਉਣਾ ਤਾਂ ਫਿਰ ਹੀ ਗਰਮੀਆਂ ਨਾਲ ਤੁਸੀਂ ਪਤਾ ਸ਼ਰਬਤ ਸ਼ਰਬਤ ਪਿਲਾਉਣਾ ਪੈਣਾ ਤਾਂ ਭਾਈ ਨਾਲ ਸ਼ਰਬਤ ਪਿਲਾ ਸਾਂ ਨਾਲ ਆਪੇ ਪੀ ਸਾਂ ਤਾਂ ਇਸੇ ਗੱਲ ਅੱਜ ਕੱਲ੍ਹ ਗੱਲੇ ਵੀ ਬੈਠੇ ਹੋਣ ਪੀ ਪੀ ਕੇ ਠੰਡਾ ਸ਼ਰਬਤ ਤਾਂ ਬਾਕੀ ਤੋਂ ਕੋਲੋਂ ਸੁਰਤੀ ਹਾਲ ਸ਼ਰਬਤ ਪੀਸਾਂ ਦਾ ਲੇਕਰ ਗਰਮੀਆਂ ਜਿਹੜੀ ਦਬਾਅ ਆਵੇ ਲੰਬ ਨਿਕਲਦੀਆਂ ਪਈ
ਆਯੂ ਯਾਰ ਲੈ ਕੋ ਐਸਾ ਬੋਲ ਵੀ ਨਾ ਕੀਤੇ ਪਰ ਹਲੇ ਵੀ ਸਹੀ ਨਹੀਂ ਹੋਇਆ ਕਾਲਾ ਨਮਕ ਵੀ ਪਿਆ ਮਾਸ਼ਾਅੱਲਾ ਜੀ ਮਜ਼ੇਦਾਰ ਹੈ ਕਾਲਾ ਲੂਣ ਪਿਆ ਚਾਸ ਆ ਗਿਆ ਮਿਰਪਰ ਵਾਲੇ ਮਿਰਪਰ ਵਾਲੇ ਤੁਸੀਂ ਸਾਰਿਆਂ ਵਾਸਤੇ ਇੱਕ ਪਬਲਿਕ ਮੈਸੇਜ ਹੈ ਐਂਡ ਤੇ ਬਚ ਜਾਣਾ ਲੁਹਾਰਾ ਤੇ ਮੈਂ ਤੁਸਾਂ ਕੀ ਇਸਨੇ ਢਾਲ ਲੈਣਾ ਤਰੀਕਾ ਦੱਸਣਾ ਬਾਕੀ ਇਹਨੇ ਭਾਈਣਾ ਕੋਈ ਨਹੀਂ ਖਾਧਾ ਤਾਂ ਮੈਂ ਦੱਸਾਂ ਕਿ ਇਸਨਾਂ ਵੀ ਤਰੀਕਾ ਦੱਸਣਾ ਤਰੀਕਾ ਚੈੱਕ ਕਰੇ ਅਸੀਂ ਲਾਇਆ ਇੱਕ ਵਾਰੀ ਸਹੀ ਘਰ ਗਿਆ ਮੂੰਹ ਹੈ ਨਹੀਂ ਅੰਦਰ ਰਹਿ ਕੰਮ ਨਹੀਂ ਤਾਂ ਗਲਾਸ ਹੈ ਜੀ ਰਹਿਣਾ ਫਿਰ ਅੰਗਲ ਮਾਰਨੇ ਰਹੋ ਫਿਰ ਜਨਾਬ ਤੇ ਬਾਕੀ ਜਿਹੜੀ ਦਿਹਾੜੀ ਦੀ ਸਿਚੁਏਸ਼ਨ ਸੀ ਉਹ ਤੁਸਾਂ ਕੀ ਛੜੀ ਹੈ ਦੱਸ ਤੇ ਹੁਣ ਜਨਾਬ ਇੱਥੇ ਮੇਲੇ ਦੀਆਂ ਤਿਆਰੀਆਂ ਜਾ ਰਹੀਆਂ ਨੇ ਤੇ ਘੋੜੇ ਨੇ ਜਿਹੜੇ ਧੁਕਣਾ ਕਿ ਜਨਾਬ ਪ੍ਰੈਕਟਿਸ ਘੋੜਿਆ ਨਹੀਂ ਹੋ ਰਹੀ ਹੈ ਤੇ ਬਹੁਤ ਜਲਦ ਜਨਾਬ ਮੇਲਾ ਆ ਗਿਆ ਤੇ ਮੇਲੇ ਦੀ ਇਨਸ਼ਾਅੱਲਾ ਲਾਈਵ ਕਵਰੇਜ ਕਰਸਾਂ ਜਿਹੜੀ ਹੈ ਨਾ ਫੇਸਬੁੱਕ ਪੇਜ ਮਿਸਟਰ BA39 ਉਸ 'ਤੇ ਵੀ ਉਸ ਤੋਂ ਬਾਅਦ ਪੂਰੀ ਪੂਰੀ ਕੋਸ਼ਿਸ਼ ਹੈ ਜਨਾਬ ਯੂਟਿਊਬ 'ਤੇ ਵੀ ਜਿਹੜਾ ਮੇਲਾ ਵੈ ਅਸਾਂ ਨੇ ਗ੍ਰਾਂਡ ਤਾਰੀਖ ਨਾਲ ਦੂਸਰਾ ਮੇਲਾ ਹੋ ਰਿਹਾ ਗੋਲਾ ਡਾਂਸ ਨਾਲ ਜਸ਼ਨ ਬਹਾਰਾ ਗੋਲਾ ਡਾਂਸ ਅਤੇ ਬਾਬਾ ਮੁੱਲਾ ਜਾਨੀ ਸਰਕਾਰ ਉਹਨਾਂ ਨੇ ਨਾਤ ਹੈ ਅਤੇ ਬਾਕੀ ਜਨਾਬ ਜਿਹੜੀ ਅਪਡੇਟ ਉਹ ਸੀ ਉਹ ਤਾਂ ਤੁਸੀਂ ਦੇਸੀ ਦੇਸਾਂ ਹੋਰ ਜਿਹੜੀ ਹੈ ਅਤੇ ਜਿਹੜੀ ਇਹ ਅਪਡੇਟ ਹੈ ਨਾ ਕਿ ਲਾਈਵ ਚਲਾਉਣ ਵਾਲੀ ਯੂਟਿਊਬ 'ਤੇ ਤਾਂ ਫੇਸਬੁੱਕ 'ਤੇ ਮਿਸਟਰ BA39 ਤਾਂ ਇਨਸ਼ਾਅੱਲਾ ਲਾਈਵ ਚਲਸੀ ਉੱਥੇ ਵੀ ਤੁਸੀਂ ਤੱਕੇ ਤਾਂ ਇਨਸ਼ਾਅੱਲਾ ਕੋਸ਼ਿਸ਼ ਕਰਸਾਂ ਵਲਾਗ ਵੀ ਬਣਾ ਉਹ ਵੀ ਤੱਕੇ ਅਤੇ ਬਾਕੀ ਜਨਾਬ ਆਈ ਨਹੀਂ ਜਿਹੜੀ ਵੀਡੀਓ ਆਈ ਇੱਥੇ ਤੱਕ ਹੀ ਮਿਲ ਸਾ ਨੈਕਸਟ ਇੱਕ ਇੰਟਰਸਟਿੰਗ ਜੀ ਵੀਡੀਓ ਨਾਲ ਅਦੂ ਤੱਕ ਜਨਾਬ ਆਪਣੇ ਭਰਾ ਮਿਸਟਰ ਬਿਗ ਦਿਓ ਇਜਾਜ਼ਤ ਅਸਨੇ ਵਸਨੇ ਰਹੋ ਤਾਂ ਅੱਲਾ ਸੋਹਣੇ ਨਵਾਲਾ